ਮੋਦੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਵਾਅਦਿਆਂ ਦੀ ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦਾ ਪਿੰਡ ਮਨਸੂਰਾਂ ਵਿੱਚ ਕਾਫੀ ਲੰਮੇ ਸਮੇਂ ਤੋਂ ਸਵੱਛ ਭਾਰਤ ਮੁਹਿੰਮ ਦੀ ਫੂਕ ਨਿਕਲਦੀ ਦੇਖੀ ਜਾ ਸਕਦੀ ਹੈ। ਪਿੰਡ ਦੀ ਪੰਚਾਇਤ ਵੱਲੋਂ ਇਸ ਟੋਭੇ ਦੀ ਕਾਫੀ ਲੰਮੇ ਸਮੇਂ ਤੋਂ ਸਫਾਈ ਨਾ ਕਰਵਾਉਣ ਕਰਕੇ ਟੋਭੇ ਦਾ ਗੰਦਾ ਪਾਣੀ ਜਿੱਥੇ ਸ਼ੋਕਰ ਪਿੰਡ ਨੂੰ ਜੋੜਨ ਵਾਲੀ ਸੜਕ ਤੇ ਭਰ ਜਾਣ ਕਰਕੇ ਰਾਹਗੀਰਾਂ ਲਈ ਇਹ ਰਾਹ ਮੁਸੀਬਤ ਬਣ ਜਾਂਦਾ ਹੈ। ਉੱਥੇ ਮਨਸੂਰਾਂ ਪਿੰਡ ਦੇ ਸਕੂਲ ਵਿੱਚ ਪੜ੍ਹਨ ਵਾਲੇ ਸ਼ੋਕਰਾਂ ਪਿੰਡ ਦੇ ਬੱਚਿਆਂ ਨੂੰ ਸਕੂਲ ਪਹੁੰਚਣ ਲਈ ਜਾਂ ਇਸ ਰਸਤੇ ਤੇ ਖੜ੍ਹੇ ਗੰਦੇ ਪਾਣੀ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਾਂ ਰਤਨਾ ਪਿੰਡ ਜੋਧਾਂ ਬਾਜ਼ਾਰ ਵਿੱਚ ਦੀ ਜਾਣ ਲਈ ਕਾਫੀ ਦੂਰੀ ਤੈਅ ਕਰਨੀ ਪੈਂਦੀ ਹੈ। ਪਿੰਡ ਦੇ ਇਸ ਟੋਭੇ ਦੀ ਸਫਾਈ ਪਹਿਲਾਂ ਵੀ ਕਈ ਨੌਜਵਾਨਾਂ ਵੱਲੋਂ ਮਿਲ ਕੇ ਕੀਤੀ ਜਾ ਚੁੱਕੀ ਹੈ, ਪਰ ਪੰਚਾਇਤ ਮੂਕ ਦਰਸ਼ਕ ਬਣ ਕੇ ਵੇਖਦੀ ਤਾਂ ਹੈ ਪਰ ਕੋਈ ਨੌਜਵਾਨਾਂ ਦੀ ਸਹਾਇਤਾ ਤੱਕ ਨਹੀਂ ਕਰਦੀ। ਸੂਤਰਾਂ ਅਨੁਸਾਰ ਇਹ ਟੋਭਾ ਕਾਗਜ਼ੀ ਕਾਰਵਾਈ ਰਾਹੀਂ ਪੱਕਾ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਹ ਮੌਸਮ ਸ਼ੁਰੂ ਹੋਣ ਕਰਕੇ ਇਸ ਟੋਭੇ ਦੀ ਗੰਦਗੀ ਕਾਰਨ ਆਲੇ ਦੁਆਲੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਕਈ ਭਿਆਨਕ ਬਿਮਾਰੀਆਂ ਹੋਣ